दिल दिया गला दिल दिया गला। सुखन वैसे थोनू किदा दा फील होंदा यूजुअली जिहड़े वड्डे भरा होंदे ना बहुत लड़ाई करदे या मतलब आपस सिबलिंग्स च बहुत लड़ाई हुंदी है ना ते थोड़ा तो मतलब बहुत ही ज़्यादा थोनू प्यार करदे आ परमीश ते किदा दा फील हुंदा यो सो पैम्पर्ड सो लव्ड है। पहले तो मैं एक सच दसूंगा हाँ झूठ बोले वीरे ने कि मेरे नाल नहीं लड़दा जिन्ना प्यार वीरे ने मैनू किया उन्ना ही करदा पर असीं लड़दे वी आ असल च ना साडे आले ओल जी बहुत डिफरेंट है रियली मैं बहुत एक्सट्रोवर्ट हां मैं बहुत एक्सप्रेसिव हां जे मैनू गुस्सा भी चढ़दा मैं नाल दी ना लड़ पूंगा जे मैनू प्यार आ गया मैं नाल दी ना हक कर लूं ये इंट्रोवर्ट है ते ये एक्सप्रेसिव घट है जे मतलब ये इहनू प्यार भी आउंदा तां इहनू प्यार भी नहीं करना आउंदा देखो वीरे फलाना 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 फिर जो बोलता कि मैं तो हफ्ता पहला बोल दिंदा मैं पांच हफ्ता अच्छा एदा भी हुंदा थोड़े विच कि तुसी हफ्ता हफ्ता गल नहीं करते मैनू दसो कि परमीश दियां बहुत ही ज्यादा इरिटेटिंग हैबिट्स जो कि किसी नूं नहीं पता एक तां ना वीरा can never let you be okay ਹਾਂ ਕਿ ਜੇ ਤੁਸੀਂ ਕੁਝ ਨਹੀਂ ਕਰਨਾ ਤੁਸੀਂ ਆਪਣਾ ਅੱਡ ਫਿਰ ਰਹੇ ਹੋ ਤਾਂ ਵੀਰੇ ਨੂੰ ਪ੍ਰੋਬਲਮ ਹੈ ਉਸ ਚੀਜ਼ ਤੋਂ ਅੱਛਾ ਹਾਂ ਫਿਰ ਵੀਰਾ ਕੀ ਕਰੂਗਾ ਤੁਹਾਨੂੰ ਆ ਕੇ ਤੰਗ ਕਰਨ ਲੱਗ ਜੂਗਾ ਤੂੰ ਅੱਡ ਸਟਾਰ ਹੈ ਤੂੰ ਕੀ ਹਾਂ ਕਿ ਮਤਲਬ ਤੁਹਾਨੂੰ ਵੀਰਾ ਪੋਕ ਕਰਨ ਲੱਗ ਜੂਗਾ ਨਹੀਂ ਮੈਨੂੰ ਹੁੰਦਾ ਮੇਰੇ ਨਾਲ ਟਾਈਮ ਸਪੈਂਡ ਕਰ ਗੱਲਾਂ ਬਾਤਾਂ ਮਾਰੀ ਕੁਝ ਕਰੀਏ ਇਹ ਬੈਂਦਾ ਬੈਂਦਾ ਉਹਦਾ ਸਪੀਕਰ ਜਾਂ ਲਾ ਕੇ ਠੰਡੇ ਠੰਡੇ ਗਾਣੇ ਸੁਣਦਾ ਰਹਿੰਦਾ ਉਹਦੇ ਅੱਛਾ ਇੱਕ ਮੈਨੂੰ ਵੀਰਾ ਬੋਲਦਾ ਵੱਧਾ ਮੈਂ ਥੋੜਾ ਘੱਟ ਬੋਲਦਾ ਤਾਂ ਵੀਰੇ ਨੂੰ ਐ ਹੁੰਦਾ ਹੈ ਕਿ ਮੈਂ ਬੋਲ ਰਿਹਾ ਆਪਾਂ ਹੀ ਕਰ ਰਹੇ ਹਾਂ ਤੂੰ ਕਿਉਂ ਨਹੀਂ ਇਨਵੋਲਵ ਹੋ ਰਿਹਾ ਤੂੰ ਵੀ ਹੋ ਬਟ ਆਈ ਲਵ ਯੋਰ ਬੌਂਡ ਐਂਡ ਮੈਂ ਉਮੀਦ ਕਰਦੀ ਕਿ ਹਮੇਸ਼ਾ ਇਦਾਂ ਹੀ ਰਹੇ ਅੱਛਾ ਮੈਨੂੰ ਇਹ ਦੱਸੋ ਕਿ ਤੁਸੀਂ ਐਕਟਿੰਗ 'ਚ ਕਦੋਂ ਆ ਰਹੇ ਹੋ ਆਈ ਫੀਲ ਸੁਖਨ ਇਨ ਨੋਟ ਮੈਨੀ ਪੀਪਲ ਨੋ ਬਟ ਸੁਖਨ ਇਜ਼ ਅ ਰੀਲੀ ਗੁੱਡ ਐਕਟਰ ਇਹ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਵੀ ਜਦੋਂ ਸੀਗਾ ਇਹ ਐਕਟਿੰਗ ਕਰਦਾ ਹੁੰਦਾ ਸੀ ਪਲੇਜ਼ ਕਰਦਾ ਹੁੰਦਾ ਸੀਗਾ ਸੋ ਸੁਖਨ ਅਤੇ ਮੈਂ ਅਸੀਂ ਦੋਨਾਂ ਨੇ ਬਚਪਨ ਤੋਂ ਹੀ ਐਕਟਿੰਗ ਕੀਤੀ ਆ ਸੈਂਟਰ ਸਟੇਜ ਆ ਜਾਈਏ ਉੱਥੇ ਡਾਇਰੈਕਟਰ ਸਾਹਿਬ ਉੱਧਰ ਬਰੀਫ ਦਿਓ ਸੁਖਨ ਮੈਂ ਨਾ ਐਕਚੁਅਲੀ ਮੈਂ ਤੇਰੇ ਨਾਲ ਵਿਆਹ ਨਹੀਂ ਕਰਾ ਸਕਦੀ ਆਈ ਨੋ ਵੀ ਲਵਡ ਈਚ ਅਦਰ ਬਟ ਨਾ ਮੇਰੇ ਮੰਮੀ ਪਾਪਾ ਨੇ ਕਿਤੇ ਹੋਰ ਰਿਸ਼ਤਾ ਪੱਕਾ ਕਰਤਾ ਐਨ ਇੰਨਾ ਵੀ ਕੋਈ ਖਾਸ ਨਹੀਂ ਆ ਮੈਂ ਤਾਂ ਬਸ ਮਜਬੂਰੀ 'ਚ ਇਹੋ ਜਿਹੀ ਕੀ ਮਜਬੂਰੀ ਹੈ ਕਿ ਤੂੰ ਉਹਨਾਂ ਨੂੰ ਮਨਾ ਨਹੀਂ ਸਕੀ ਮੇਰੇ ਲਈ ਮੇਰਾ ਵੇਟ ਤਾਂ ਕਰਦੀ ਪਰ ਉਹ ਮੰਮੀ ਤੈਨੂੰ ਪਤਾ ਮੈਂ ਕੁਛ ਕਰ ਰਿਹਾ ਮੈਂ ਕੁਛ ਆਪਦੀ ਲਾਈਫ ਨੂੰ ਟਰੈਕ 'ਤੇ ਲਿਆਉਣ ਦੀ ਕੋਸ਼ਿਸ਼ ਕਰ ਰਿਹਾ ਪਰ ਸੁਖਨ ਮੈਂ ਮੰਮੀ ਪਾਪਾ ਦੇ ਅਗੇਂਸਟ ਨਹੀਂ ਜਾ ਕਿਹਾ ਸੀ ਮੈਨੂੰ ਯਾਰ ਨਹੀਂ ਮੈਂ ਕਿਹਾ ਸੀ ਤੂੰ ਮੇਰੀ ਵੇਟ ਕਰੇਂਗੀ ਮੈਂ ਤਾਂ ਕੋਈ ਪ੍ਰੋਮਿਸ ਨਹੀਂ ਕੀਤਾ ਜਾ ਉਹਦੇ ਕੋਲ ਜਾ ਕੌਣ ਹੈ ਉਹ ਬਾਹਰੋਂ ਆਇਆ ਮੁੰਡਾ ਜਾ ਕਰਾ ਵਿਆਹ ਉਹਦੇ ਨਾਲ ਇੱਥੇ ਕੀ ਕਰਨ ਆਈ ਹੈ ਐਕਸਕਿਊਜ਼ ਮੀ ਇਜ਼ ਐਵਰੀਥਿੰਗ ਓਕੇ ਆਇਆ ਜਸਟ ਸਮਬਡੀ ਜਸਟ ਆਈ ਡੋਨਟ ਨੋ ਹੂ ਹੀ ਇਸ ਕੌਣ ਹੈ ਕੌਣ ਹੈ ਇਹ ਰਾਜਵੀਰ ਫਿਲਮਾਂ ਦਾ ਹੀ ਨਹੀਂ ਨਾਮ ਉਹਦੇ ਹੈਲੋ ਨਾਈਸ ਟੂ ਮੀਟ ਯੂ ਬ੍ਰਦਰ ਇਹ ਤੁਹਾਡਾ ਮੇਰਾ ਐਕਚੁਅਲੀ ਕਲਾਸਮੇਟ ਸੀਗਾ ਹਾਂ ਨਾਈਸ ਟੂ ਸੀ ਬ੍ਰਦਰ ਤੁਸੀਂ ਆਇਓ ਵਿਆਹ ਤੇ ਹਾਂ ਓਕੇ तड़प तड़प के इस दिल से आह निकलती रही मुझको सजा दी प्यार की ऐसा क्या गुनाह किया तो लुट गए हाँ लुट गए तो लुट गए हम तेरी मोहब्बत में तड़प तड़प के इस ओके दैट वाज सो गुड सो लेट्स वेलकम डॉक्टर सतीश वर्मा दिल दिया गला दिल च रजानिया दिल तो जुबान तक ले आवांगे दिल दिया गला अंकल थोड़ा बहुत बहुत स्वागत है मेरे शो च दिल दिया गला ते जिदा असी गला कर रहे सी ते जदों परमीश ऑस्ट्रेलिया सीगा कदे थानू इंट्यूशन होई कि उत्थे किते कल्ला आ परमीश या किदा दे हालात यू नो इन्नी मेहनत कर रहा ते ए इस चीज दा थानू एहसास सीगा ਬਹੁਤ ਜ਼ਿਆਦਾ ਮੈਂ ਜਦੋਂ ਪਹਿਲੀ ਵਾਰੀ ਇਹਦੇ ਕੋਲ ਗਿਆ ਇਹਦੇ ਜਾਣ ਤੋਂ 2 ਸਾਲ ਬਾਅਦ ਅੱਛਾ ਤੇ ਮੈਂ ਉਹਦੇ ਇੱਕ ਸ਼ੋਅ 'ਚ ਗਿਆ ਸੀ ਚੀਫ ਗੈਸਟ ਬਣ ਕੇ
ਇਹ ਜਦੋਂ ਮੈਂ ਆਪਣੇ ਕਮਰੇ 'ਚ ਲੈ ਕੇ ਗਿਆ, ਇੱਕ ਛੋਟਾ ਜਿਹਾ ਕਮਰਾ ਸੀ, ਇੱਕ ਬੈੱਡ ਲੱਗਿਆ ਸੀ, ਨਾਲ ਬੁੱਕ ਰੈਕ ਸੀਗਾ, ਤੇ ਇਹਨੇ ਮੈਨੂੰ ਤੁਹਾਡੇ ਲਈ ਖਰੀਦਿਆ ਉਹ ਬੈੱਡ ਮੇਰੇ ਲਈ ਖਰੀਦਿਆ ਸੀ, ਥੱਲੇ ਸੌਂਦਾ ਸੀ, ਇਹ ਥੱਲੇ ਸੌਂਦਾ ਹੁੰਦਾ ਸੀ, ਤੇ ਮੈਂ ਫਿਰ ਪਾਪਾ ਨੇ ਆਉਣਾ ਸੀ, ਫਿਰ ਮੈਂ ਸਪੈਸ਼ਲੀ ਬੈੱਡ ਖਰੀਦਿਆ ਨਵਾਂ, ਕਿ ਪਾਪਾ ਨੂੰ ਹੁਣ ਮੈਂ ਭੁੰਜੇ ਥੋੜ੍ਹੀ ਸਵਾ ਸਕਦਾ, ਤੇ ਪਾਪਾ ਕਹਿੰਦੇ ਯਾਰ ਕਿ ਇੱਥੇ ਥੋੜ੍ਹੀ ਰਹਿਣਾ ਸੀ ਤੂੰ, ਮੈਂ ਕਿਹਾ ਮੈਂ ਤਾਂ ਮਸਾਂ ਪਹੁੰਚਿਆ ਇੱਥੇ ਕਿ ਮੇਰਾ, ਸੋ ਮੈਨੂੰ ਮਖਮਲੀ ਗੱਦੇ ਨਹੀਂ ਦਿੱਤੇ। ਤੇ ਅੱਜ ਕਿੱਦਾਂ ਦਾ ਮਹਿਸੂਸ ਹੁੰਦਾ, ਲੋਕ ਤੁਹਾਨੂੰ ਪਰਮੀਸ਼ ਦੇ ਨਾਂ ਤੋਂ ਵੀ ਜਾਣਦੇ ਆ ਕਿ ਤੁਸੀਂ ਉਹਨਾਂ ਦੇ ਫਾਦਰ ਹੋ, ਤੇ ਕਿੱਦਾਂ ਦਾ ਫੀਲ ਹੁੰਦਾ? ਤਾਂ ਇੰਨਾ ਖੁਸ਼ੀ ਹੁੰਦੀ ਆ, ਦੇਖੋ ਹਰ ਪਿਓ ਦੀ ਖੁਸ਼ੀ ਹੁੰਦੀ ਆ ਕਿ ਮੈਨੂੰ ਮੇਰੇ ਬੱਚਿਆਂ ਦੇ ਨਾਂ ਤੇ ਜਾਣਿਆ ਜਾਵੇ। ਜਦੋਂ ਮੈਨੂੰ ਕਹਿੰਦਾ ਸਰ ਤੁਹਾਨੂੰ ਫੋਟੋ ਖਿਚਾਉਣੀ ਹੈ, ਮੈਂ ਕਿਹਾ ਪਰਮੀਸ਼ ਦੇ ਪਾਪਾ ਨਾਲ ਖਿਚਾਉਣੀ ਹੈ ਮੇਰੇ ਨਾਲ, ਤੁਹਾਡੇ ਨਾਲ? ਮੈਂ ਕਹਿੰਦਾ ਯਾਰ ਪਰਮੀਸ਼ ਦੇ ਪਾਪਾ ਨਾਲ ਫੋਟੋ ਖਿਚਾਓ। ਸੋ ਮੇਰੀਆਂ ਦੁਨੀਆਂ ਦੀਆਂ ਸਾਰੀਆਂ ਪ੍ਰਾਪਤੀਆਂ, ਮੇਰੀਆਂ ਕਿਤਾਬਾਂ ਕਾਪੀਆਂ ਲਿਖੀਆਂ ਸਭ ਇੱਕ ਪਾਸੇ, ਲੇਕਿਨ ਬੱਚਿਆਂ ਦੀ ਕਾਮਯਾਬੀ ਇੱਕ ਪਾਸੇ। ਹੁਣ ਇੱਕ ਹੋਰ ਤੁਹਾਡਾ ਫਰੈਂਡ ਹੈ ਜੋ ਤੁਹਾਡੇ ਬਾਰੇ ਕੁਝ ਕਹਿਣਾ ਚਾਹੁੰਦਾ, ਆਓ ਦੇਖਦੇ ਹਾਂ। ਪਰਮੀਸ਼ ਵੀਰੇ ਨਾਲ ਮੇਰੀ ਮੁਲਾਕਾਤ ਹੋਈ ਸੀ 15 October 2015 ਨੂੰ, ਅਤੇ ਅਸੀਂ ਇੱਕ ਸ਼ੂਟ 'ਤੇ ਮਿਲੇ ਸੀ, ਗਾਣੇ ਦਾ ਸ਼ੂਟ ਸੀ। ਜਿਹੜੀ ਚੀਜ਼ ਮੈਨੂੰ ਵਧੀਆ ਲੱਗੀ ਉਹ ਇਹ ਵਧੀਆ ਲੱਗੀ ਕਿ ਇੰਨੀ ਮਿਹਨਤ ਕਰਦਾ ਬੰਦਾ ਕੋਈ ਪਹਿਲੀ ਵਾਰੀ ਦੇਖਿਆ ਸੀ। ਜਿਹੜਾ ਵੀਰਾ ਅੰਦਰੋਂ ਆ, ਇੱਕ ਤਾਂ ਹੁੰਦਾ ਸਕਰੀਨ 'ਤੇ ਮੋਢਾ ਮਾਰਿਆ, ਛਾਤੀ 'ਚ ਠੋਕੀ ਲੱਤ, ਹੈ ਨਾ, ਵੀ ਬੰਦਾ ਬਹੁਤ ਵੀ ਖਤਰਨਾਕ ਆ, ਪਰ ਦਿਲੋਂ ਵੀਰਾ ਬਹੁਤ ਸੌਫਟ ਆ। ਅਤੇ ਐਵੇਂ ਮੈਂ ਇੱਕ ਵਾਰ ਇੱਕ ਲਾਈਨ ਜੀ ਜੋੜ ਕੇ ਪਰਮੀਸ਼ ਵੀਰੇ ਨੂੰ ਸੁਣਾਈ ਕਿ ਗੱਲਾਂ ਵਿੱਚੋਂ ਜੇ ਕੋਈ ਗੱਲ ਘੈਂਟ ਬੰਦਿਆਂ ਦੀ ਕਰੀਏ, ਸੱਚੀ ਗੱਲ ਕਹਿਣੋ ਚਾਹੀਦਾ ਨਹੀਂ ਡਰਨਾ, ਸਭ ਦਾ ਚਹੇਤਾ ਕਰੇ ਕੰਮ ਨੂੰ ਪਿਆਰ, ਸਾਡਾ ਵੱਡਾ ਬਾਈ ਪਰਮੀਸ਼ ਵਰਮਾ। ਮੈਂ ਆਹ ਲੈਣ ਵੀਰੇ ਨੂੰ ਸੁਣਾਈ, ਵੀਰਾ ਕਹਿੰਦਾ ਯਾਰ ਵੀ ਤੂੰ ਲੈਣ ਜੋੜ ਲੈਂਦਾ, ਸੋਹਣੀ ਜੋੜ ਲੈਂਦਾ। ਮੈਂ ਮਤਲਬ ਮੈਂ ਤਾਂ ਵੈਸੇ ਲਿਖੀ ਸੀਗੀ ਕਿ ਵੀਰੇ, ਮੈਂ ਵੀਰੇ ਵਾਸਤੇ ਜੋ ਮੈਂ ਫੀਲ ਕਰਦਾ ਸੀਗਾ ਕਿ ਬਾਈ ਤੂੰ ਮਿਹਨਤ ਕਰਦਾ, ਤੂੰ ਘੈਂਟ ਬੰਦਾ ਯਾਰ, ਜੇ ਮੈਂ ਗਾਣਾ ਲਿਖ ਲਾਂ, ਮੈਂ ਗਾਣੇ 'ਚ ਨਾਮ ਨਾ ਵੀ ਪਾਵਾਂ ਤਾਂ ਵੀ ਬਾਈ ਧੱਕੇ ਨਾਲ ਕਹਿ ਦਿੰਦਾ ਲਾਡੀ ਓਏ, ਗਾਣੇ 'ਚ ਕਹਿ ਦਿੰਦਾ। ਅਤੇ ਵੀਰੇ ਦੇ ਸ਼ੋਆਂ 'ਤੇ ਪਰਫੋਰਮ ਕਰਨ ਕਰਕੇ ਜਿੰਨੇ ਵੀ ਹੁਣ ਤੱਕ ਵੀਰੇ ਦੇ ਸ਼ੋਅ ਹੋਏ ਨੇ, 2-3 ਸਾਲ ਹੋ ਗਏ ਸ਼ੋਅ ਹੁੰਦਿਆਂ ਨੂੰ, ਹਰ ਸ਼ੋਅ 'ਤੇ ਮੈਂ ਵੀਰੇ ਦੇ ਨਾਲ ਪਰਫੋਰਮ ਕਰਦਾ ਸਟੇਜ 'ਤੇ। ਤਾਂ ਮਤਲਬ ਘਰ ਜਦੋਂ ਵੀਰਾ ਆਉਂਦਾ ਤਾਂ ਬਸ ਐਂ ਹੁੰਦਾ ਕਿ ਮਾਤਾ ਨੂੰ ਵੀ ਐਂ ਹੁੰਦਾ, ਮੇਰੇ ਮੰਮੀ ਨੂੰ, ਕਿ ਵੀ ਮੇਰਾ ਮੁੰਡਾ ਆ ਗਿਆ ਘਰ, ਬਸ ਮਾਤਾ ਜੱਫੀ ਪਾ ਕੇ, ਮਾਤਾ ਨੂੰ ਇੰਨਾ ਸਕੂਨ ਮਿਲਦਾ। ਅਤੇ ਮੰਮੀ ਨੇ ਕਦੇ ਇਹ ਨਹੀਂ ਸੋਚਿਆ ਹੈਗਾ ਕਿ ਮੇਰਾ ਇੱਕੇ ਮੁੰਡਾ ਲਾਡੀ, ਮੰਮੀ ਹਮੇਸ਼ਾ ਕਹਿੰਦੇ ਤੁਸੀਂ ਸਾਰੇ ਹੀ ਮੇਰੇ ਪੁੱਤ ਹੋ, ਤੁਸੀਂ ਸਾਰੇ ਹੀ ਮੇਰੇ ਜਵਾਕ ਹੋ, ਤੁਸੀਂ ਸਾਰੇ ਹੀ ਬਸ ਹੱਸਦੇ ਖੇਡਦੇ ਵੱਸਦੇ ਰਹੋ। ਹਾਂ ਦਿਲ ਦੀਆਂ ਗੱਲਾਂ